Rhythms of Rhyme ਦੇ ਪੰਜਾਬੀ ਸਟੋਰੀ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਬਲਰਾਜ ਸਾਨੀ ਦੀ ਕਹਾਣੀ ਲਾਹੌਰ ਫੇਰੀ। ਲਾਹੌਰ 11 ਅਕਤੂਬਰ 1962 ਰਾਤੀ ਬੜੇ ਚਾਅ ਨਾਲ ਫੈਸਲਾ ਕਰਕੇ ਸੁੱਤਾ ਸਾਂ ਕਿ ਸਵੇਰੇ ਮੂੰਹ ਨੇਰੇ ਲੰਮੀ ਸੈਰ ਤੇ ਨਿਕਲ ਜਾਵਾਂਗਾ। ਪਰ ਵੇਲਾ ਆਉਣ ਤੇ ਜੋਸ਼ ਠੰਡਾ ਹੋਇਆ ਪਿਆ ਸੀ। ਬਿਸਤਰੇ ਵਿੱਚ ਲੇਟਿਆਂ-ਲੇਟਿਆਂ ਖਿਆਲ ਆਉਣ ਲੱਗ ਪਏ। ਜਿਸ ਦੇਸ਼ ਦੀ ਹੋਂਦ ਦਾ ਆਧਾਰ ਫਿਰਕਾ ਪ੍ਰਸਤੀ ਹੋਵੇ ਉਸ ਵਿੱਚ ਬੰਦਾ ਕਿੰਜ ਖੁੱਲ ਕੇ ਸਾਹ ਲੈ ਸਕਦਾ ਹੈ ਖਾਸ ਕਰਕੇ ਜਦ ਉਹ ਆਪ ਪਸੰਦੀਦਾ ਫਿਰਕੇ ਦਾ ਆਦਮੀ ਨਾ ਹੋਵੇ ਫਿਰਕਾ ਪ੍ਰਸਤੀ ਨਾਲ ਕਿਤਨੀ ਨਫ਼ਰਤ ਕੀਤੀ ਜਾਂਦੀ ਸੀ ਕਿਤਨਾ ਉਸ ਦੇ ਨਤੀਜਿਆਂ ਤੋਂ ਡਰ ਲੱਗਦਾ ਸੀ ਪਰ ਅਖੀਰ ਵਿੱਚ ਇੱਥੇ ਉਹ ਤਸਲੀਮਸ਼ੁਦਾ ਅਤੇ ਕਾਨੂੰਨ ਵਿਵਜੋਂ ਨਿਵਾਜ਼ੀ ਹੋਈ ਹਕੀਕਤ ਬਣ ਗਈ ਜੇ ਹਿੰਦੁਸਤਾਨ ਕੇਵਲ ਹਿੰਦੂਆਂ ਦਾ ਮੁਲਕ ਪ੍ਰਵਾਨ ਕਰ ਲਿਆ ਜਾਏ ਹਰ ਵੇਲੇ ਮੰਦਰਾਂ ਦੇ ਢਲ ਖੜਕਿਆ ਕਰਨ ਤਾਂਕਿ ਉਹ ਰਹਿਣ ਦੇ ਕਾਬਲ ਮੁਲਕ ਰਹਿ ਜਾਏਗਾ ਫਿਰ ਮਨ ਵਿੱਚ ਸਵਾਲ ਉੱਠਿਆ ਕਿ ਹੁਣ ਤੀਕ ਭਾਰਤ ਵਿੱਚ ਅਸੀਂ ਸਹੀ માનਿਆ ਵਿੱਚ ਅਧਰਮੀ ਗਨਰਾਜ ਸੈਕੂਲਰ ਰਿਪਬਲਿਕ ਬਣਾ ਸਕੇ ਹਾਂ ਮੈਂ ਧਾਰਮਿਕ ਰੁਚੀਆਂ ਵਾਲਾ ਆਦਮੀ ਭਾਵੇਂ ਨਾ ਸਹੀ ਫਿਰ ਵੀ ਬਹੁ ਗਿਣਤੀ ਫਿਰਕੇ ਨਾਲ ਸੰਬੰਧਿਤ ਜੀਵ ਹਾਂ ਮੈਨੂੰ ਕੀ ਪਤਾ ਘੱਟ ਗਿਣਤੀ ਵਾਲੇ ਫਿਰਕੇ ਆਪਣੇ ਆਪ ਨੂੰ ਹਿੰਦੂਆਂ ਦੇ ਬਰਾਬਰ ਸੁਰੱਖਿਅਤ ਅਤੇ ਆਜ਼ਾਦ ਮਹਿਸੂਸ ਕਰਦੇ ਹਨ ਕਿ ਨਹੀਂ ਕਦੇ ਮੈਂ ਇਸ ਸਮੱਸਿਆ ਉੱਪਰ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਹੈ ਕਦੇ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਮੁਸਲਮਾਨ ਜਨਤਾ ਕਿਵੇਂ ਰਹਿੰਦੀ ਹੈ ਉਸ ਦੇ ਦ੍ਰਿਸ਼ਟੀਕੋਣ ਕੀ ਹਨ ਕੁਰਾਨ ਸ਼ਰੀਫ ਦਾ ਅਧਿਐਨ ਵੀ ਬੰਬਈਓ ਟੁਰਨ ਤੋਂ ਕੁਝ ਦਿਨ ਪਹਿਲਾਂ ਹੀ ਕੀਤਾ ਸੀ ਉਹ ਵੀ ਸ਼ਾਇਦ ਆਪਣੀ ਸੁਰੱਖਿਆ ਦੀ ਗਰਜ਼ ਤੋਂ ਮਜਬੂਰ ਹੋ ਕੇ ਪਰ ਉਸ ਨਾਲ ਮੇਰੇ ਮਨ ਦੇ ਕਿੰਨੇ ਭਰਮ ਦੂਰ ਹੋਏ ਸਨ ਹਜ਼ਰਤ ਮੁਹੰਮਦ ਦੀ ਜਾਤ ਅਤੇ ਉਹਨਾਂ ਦੀ ਸਿੱਖਿਆ ਲਈ ਦਿਲ ਵਿੱਚ ਕਿਤਨਾ ਆਦਰ ਪੈਦਾ ਹੋਇਆ ਸੀ ਪਰ ਹਾਲਾਂ ਵੀ ਮੇਰੇ ਅੰਦਰ ਕਿਤਨਾ ਅਗਿਆਨ ਕਿਤਨੇ ਤਵਸਬ ਹਨ ਇਹਨਾਂ ਨੂੰ ਦੂਰ ਕਰਨ ਲਈ ਅਸੀਂ ਲੋਕ ਕਿਤਨੇ ਕੋ ਉਪਰਾਲੇ ਕਰਦੇ ਹਾਂ ਕਿ ਹਾਲਾਂ ਵੀ ਸਾਡੇ ਦੇਸ਼ ਵਿੱਚ ਅਛੂਤਾਂ ਨਾਲ ਪਸ਼ੂਆਂ ਵਾਲਾ ਸਲੂਕ ਨਹੀਂ ਕੀਤਾ ਜਾਂਦਾ ਹੋ ਸਕਦਾ ਹੈ ਹਿੰਦੂਆਂ ਦੇ ਤੁਰ ਜਾਣ ਨਾਲ ਪਾਕਿਸਤਾਨ ਦੇ ਮੁਸਲਮਾਨਾਂ ਨੇ ਸ਼ੁਕਰ ਕੀਤਾ ਹੋਵੇ ਉਹਨਾਂ ਦੀ ਕੋਈ ਵੀ ਤਾਂ ਗੱਲ ਹਿੰਦੂਆਂ ਨੂੰ ਚੰਗੀ ਨਹੀਂ ਸੀ ਲੱਗਦੀ ਹੁੰਦੀ ਹਰ ਵੇਲੇ ਹਿੰਦੂਆਂ ਦੀਆਂ ਨੁਕਤਾਚੀਨ ਨਿਗਾਹਾਂ ਉਹਨਾਂ ਨੂੰ ਸੱਲਦੀਆਂ ਰਹਿੰਦੀਆਂ ਸਨ ਉਹਨਾਂ ਦੇ ਸਵੈਮਾਨ ਨੂੰ ਡੱਸਦੀਆਂ ਰਹਿੰਦੀਆਂ ਸਨ ਦੂਜੇ ਪਾਸੇ ਇਹ ਵੀ ਤਾਂ ਮੰਨਣਾ ਪਵੇਗਾ ਕਿ ਹਿੰਦੁਸਤਾਨ ਦਾ ਵਿਧਾਨ ਨਿਆਂਕਾਰੀ ਹੈ ਅਗਾਹ ਵਧੂ ਹੈ ਉੱਥੇ ਕਾਨੂੰਨੀ ਤੌਰ ਤੇ ਤਾਂ ਇੱਕ ਫਿਰਕੇ ਨੂੰ ਪ੍ਰੋੜ੍ਹਤਾ ਮਯੋਸਰ ਨਹੀਂ ਭਾਵੇਂ ਅੰਦਰ ਖਾਤੇ ਕਿਤਨੀਆਂ ਬੁਰਾਈਆਂ ਮੌਜੂਦ ਹਨ ਉੱਥੇ ਕਦੇ ਨਾ ਕਦੇ ਅਗਿਆਨਤਾ ਦੂਰ ਹੋਣ ਦੀ ਦਿਲਾਂ ਦੇ ਮੋਕਲੇ ਹੋਣ ਦੀ ਆਸ ਤਾਂ ਕੀਤੀ ਜਾ ਸਕਦੀ ਹੈ ਪਰ ਪਾਕਿਸਤਾਨ ਦਾ ਤਾਂ ਵਿਧਾਨ ਹੀ ਜਦ ਰਾਤੀ ਲੋਹਾਰੀ ਦਰਵਾਜ਼ਿਆਂ ਫਲਾਹ ਦੀਆਂ ਦਤਨਾ ਖਰੀਦੀਆਂ ਸਨ ਉਹਨਾਂ 'ਤੇ ਧਿਆਨ ਜਾਂਦਿਆਂ ਸ਼ੌਂਕ ਫਿਰ ਜਾਗ ਪਏ ਵੇਖਾ ਤਾਂ ਸਹੀ ਪਿੰਡੀ ਦੀ ਫਲਾਹ ਨਾਲ ਟੱਕਰ ਖਾਂਦੀਆਂ ਨੇ ਕਿ ਨਹੀਂ ਫੁਲੇਰੀਆਂ ਦੀਆਂ ਹੱਟੀਆਂ ਦੇ ਲਾਗੇ ਭੁੰਜੇ ਬੈਠੇ ਇੱਕ ਬੰਦੇ ਨੇ ਕਿਵੇਂ ਸੁਰੀਲੀ ਏਕ ਮਾਰੀ ਉਹ ਪਹਿਲਵਾਨਾਂ ਬਾਹੂਹਰਾਂ ਨੂੰ ਫਲਾਹ ਦੀ ਗੱਠੀ ਦੇ ਕੱਢ ਕੇ ਜਰਾ ਅੰਗੀਠੀ ਤੋਂ ਦਤਨਾ ਚੁੱਕ ਕੇ ਗੁਸਲਖਾਨੇ ਵਿੱਚ ਚਲਾ ਗਿਆ ਸ਼ੇਵ ਕੀਤੀ ਨਹਾਤਾ ਧੋਤਾ ਫਿਰ ਕੈਮਰਾ ਮੋਢੇ ਉੱਤੇ ਸੁੱਟ ਕੇ ਨਿਕਲ ਪਿਆ ਬਾਹਰ ਆਪਣੇ ਪੁਰਾਣੇ ਨਿਊ ਹੋਸਟਲ ਲੱਗਿਓ ਲੰਘਿਆ ਰੁਕ ਜਾ ਥੋੜੀ ਦੇਰ ਫੋਟੋ ਖਿੱਚ ਲਾਂ ਨਹੀਂ ਨਹੀਂ ਮਤੇ ਕੋਈ ਵੇਖ ਕੇ ਖਾਮ ਖਾ ਸ਼ੱਕ ਕਰਨ ਲੱਗ ਪਏ ਮੇਰਾ ਕੌਣ ਮੁਖਾਫਿਜ਼ ਏ ਥੇ ਸੱਚੀ ਕਿਤਨਾ ਡਰਪੋਖ ਹਾਂ ਮੈਂ ਇਹ ਤਾਂ ਮੇਰਾ ਆਪਣਾ ਹੋਸਟਲ ਹੈ ਖੈਰ ਹੋਸਟਲ ਵੀ ਤਾਂ ਹੁਣ ਮੇਰੇ ਵਾਂਗ ਥੱਕਿਆ ਥੱਕਿਆ ਤੇ ਪੁਰਾਣਾ ਪੁਰਾਣਾ ਹੋ ਗਿਆ ਹੈ ਸਮੇਂ ਨੇ ਇਹਨੂੰ ਵੀ ਮੇਰੇ ਵਾਂਗ ਅਧਖੜ ਕਰ ਛੱਡਿਆ ਹੈ ਅਫਸੋਸ ਦੀ ਥਾਂ ਤਸਕੀਨ ਹੋਈ ਵੇਖ ਕੇ ਹੋਸਟਲ ਦੇ ਸਾਹਮਣੇ ਵਾਲਾ ਥਾਣਾ ਹਾਲਾਂ ਵੀ ਮੌਜੂਦ ਸੀ ਇਹਦੇ ਹੱਥੇ ਵਿੱਚ ਥਕੇਵਾਂ ਲਾਣ ਲਈ ਕਿਸੇ ਕਿਸੇ ਰਾਤ ਸਿਪਾਈ ਆਪਣੇ ਪਿੰਡਾਂ ਦੇ ਮਾਈਏ ਤੇ ਢੋਲੇ ਛੋਹ ਦਿੰਦੇ ਅਸੀਂ ਅੰਗਰੇਜ਼ੀ ਰਾਗ ਵਿਦਿਆ ਦੇ ਉਪਾਸ਼ਕ ਵਿਦਿਆਰਥੀ ਚੀਕਾਂ ਮਾਰ-ਮਾਰ ਕੇ ਉਹਨਾਂ ਨੂੰ ਛਾਟਾ ਪਾਖਦੇ ਅਸੱਭਿਤਾ ਭਰੀਆਂ ਨਕਲਾਂ ਲਾ ਕੇ ਖਿਜਾਂਦੇ ਹਰ ਮੁਮਕਿਨ ਢੰਗ ਨਾਲ ਉਹਨਾਂ ਦਾ ਮਜ਼ਾ ਖਰਾਬ ਕਰਕੇ ਬਹੁਤ ਖੁਸ਼ ਹੁੰਦੇ ਥਾਣੇ ਲਾਗਿਓ ਟ੍ਰੇਨਿੰਗ ਕਾਲਜ ਵਿੱਚ ਜਾਂਦੀ ਗਲੀ ਵਿੱਚੋਂ ਲੰਘ ਕੇ ਆਪਣੀ ਭੂਆ ਦੇ ਘਰ ਜਾਂਦਾ ਹੁੰਦਾ ਸਾਂ ਅੱਜ ਵੀ ਲੰਘਿਆ ਉਧਰੋਂ ਪਰ ਸਹਿਮ ਸਹਿਮ ਕੇ ਮਤੇਗੀ ਤੇ ਮੇਰੀ ਚਾਲ ਢਾਲ ਵਿੱਚ ਹਿੰਦੂਆਂ ਵਾਲੀ ਵਿਸ਼ੇਸ਼ਤਾ ਨਾ ਪ੍ਰਗਟ ਹੋ ਜਾਏ ਪਰ ਗਲੀ ਦੀ ਗਰੀਬੜੀ ਜਿਹੀ ਵਸੋਂ ਨੂੰ ਜਿਹੜੀ ਸਿਰ ਤੇ ਬਿਨਾ ਬੁલાਏ ਆਣ ਖਲੋਤੀ ਸਵੇਰ ਦੇ ਸਵਾਗਤ ਵਿੱਚ ਡਰੇ ਹੋਏ ਘੋਗੇ ਵਾਂਗ ਹੌਲੇ ਹੌਲੇ ਸਿੰਘ ਬਾਹਰ ਕੱਢ ਰਹੀ ਸੀ ਮੇਰੇ ਵੱਲ ਅੱਖ ਚੁੱਕ ਕੇ ਦੇਖਣ ਦੀ ਵੀ ਫੁਰਸਤ ਨਹੀਂ ਸੀ ਮੋੜ ਤੇ ਹਲਵਾਈ ਦੀ ਦੁਕਾਨ ਜਿੱਥੇ ਸੋਡਾ ਵਾਟਰ ਸਿਗਰਟ ਪਾਨ ਅਤੇ ਅਖਬਾਰ ਆਦਿ ਵੀ ਵਿਕਿਆ ਕਰਦੇ ਸਨ ਉਸੇ ਤਰ੍ਹਾਂ ਮੌਜੂਦ ਸੀ ਜਿਸ ਪਟੜੇ ਤੋਂ ਹਿੰਦੂ ਹਲਵਾਈ ਉੱਠ ਕੇ ਚਲਾ ਗਿਆ ਮੁਸਲਮਾਨ ਹਲਵਾਈ ਆ ਕੇ ਬਹਿ ਗਿਆ ਬਸ ਇਤਨਾ ਹੀ ਫਰਕ ਸੀ ਇਹ ਸ਼ਾਇਦ ਉਧਰੋਂ ਕਿਸੇ ਪਟੜੇ ਤੋਂ ਉੱਠ ਕੇ ਆ ਗਿਆ ਹੋਣਾ ਮੁਸਲਮਾਨ ਨੂੰ ਹਲਵਾਈ ਦੇ ਰੂਪ ਵਿੱਚ ਵੇਖਣਾ ਅਜੀਬ ਲੱਗਦਾ ਸੀ ਪਾਰਸੀ ਇਬਾਦਤਖਾਨੇ ਦੇ ਸਾਹਮਣੇ ਮੇਰੀ ਭੂਆ ਦਾ ਘਰ ਵੀ ਉਸੇ ਦਾ ਉਸੇ ਤਰ੍ਹਾਂ ਖੜਾ ਸੀ ਉਸ ਦਾ ਮੂੰਹ ਮੱਥਾ ਮੈਨੂੰ ਖਮੋਸ਼ੀ ਨਾਲ ਪਛਾਨਣ ਤੇ ਆਪਣੀ ਬੇਵਸੀ ਜਤਾਉਣ ਲੱਗ ਪਿਆ ਫੋਟੋ ਖਿੱਚ ਕੇ ਉਹਦੇ ਜਜ਼ਬਾਤ ਦਾ ਅਨਾਦਰ ਕਰਨਾ ਮੈਨੂੰ ਮناسب ਨਾ ਦਿਸਿਆ ਉਸ ਤੋਂ ਅੱਗੇ ਪ੍ਰੋਫੈਸਰ ਰੁਚੀਰਾਮ ਹੋਰਾਂ ਦੀ ਕੋਠੀ ਦੇਖੀ ਉੱਥੇ ਮੇਰੀ ਨਿੱਕੀ ਭੂਆ ਰਹਿੰਦੀ ਹੁੰਦੀ ਸੀ ਅੱਜ ਕੱਲ ਉਹ ਢੇਰਾ ਡੂੰਢਦੀ ਹੈ ਅੱਜ ਉਸ ਦੀ ਕੋਠੀ ਤਾਂ ਵੇਖ ਲਈ ਪਰ ਵੰਡ ਤੋਂ ਬਾਅਦ ਉਹਨੂੰ ਮਿਲਣ ਦਾ ਅਫਸਰ ਹਾਲਾਂ ਤੱਕ ਨਸੀਬ ਨਹੀਂ ਹੋਇਆ ਇਹਨਾਂ ਕੋਠੀਆਂ ਕੋਲੋਂ ਇੱਕ ਗਲੀ ਮੋਵੇਸ਼ੀ ਹਸਪਤਾਲ ਦੀ ਸੜਕ ਨੂੰ ਜਾਂਦੀ ਹੈ ਇਸ ਗਲੀ ਵਿੱਚ ਮੇਰੇ ਸੰਸਕ੍ਰਿਤ ਦੇ ਪ੍ਰੋਫੈਸਰ ਗੁਲਬਹਾਰ ਸਿੰਘ ਜੀ ਦਾ ਘਰ ਸੀ ਜੋ ਹੁਣ ਸੁਰਗਵਾਸ ਹੋ ਚੁੱਕੇ ਹਨ ਬੜਾ ਪਿਆਰ ਕਰਦੇ ਸਨ ਉਹ ਮੈਨੂੰ ਮੋਵੇਸ਼ੀ ਹਸਪਤਾਲ ਵਾਲੀ ਸੜਕ ਤੇ ਪੁੱਜ ਕੇ ਆਪਣੇ ਅੰਗਰੇਜ਼ੀ ਦੇ ਹਰਮਨ ਪਿਆਰੇ ਪ੍ਰੋਫੈਸਰ ਮਦਨ ਗੋਪਾਲ ਸਿੰਘ ਦੀ ਕੋਠੀ ਵੇਖੀ ਜੀਦੀ ਮਮਤੀ ਤੇ ਓਮ ਉਸੇ ਤਰ੍ਹਾਂ ਉਕਰਿਆ ਹੋਇਆ ਸੀ ਆਪ ਉਹ ਵੰਡ ਦੇ ਫਸਾਦਾਂ ਵਿੱਚ ਮਾਰੇ ਗਏ ਸਨ ਇਹ ਪਰਿਕਰਮਾ ਸੰਪੂਰਨ ਕਰਕੇ ਫਿਰ ਵਾਪਸ ਕਚਹਿਰੀ ਰੋਡ ਤੇ ਆ ਗਿਆ ਡੀਏਵੀ ਕਾਲਜ ਦੇ ਫਾਟੇ ਉੱਪਰ ਹੁਣ ਇਸਲਾਮੀਆਂ ਕਾਲਜ ਦਾ ਬੋਰਡ ਲੱਗਾ ਹੋਇਆ ਹੈ ਪਰ ਇਮਾਰਤ ਦੀ ਮਹਿਰਾਬ ਉੱਪਰ ਨਾਗਰੀ ਵਿੱਚ ਦਇਆਨੰਦ ਐਂਗਲੋ ਵੈਦਿਕ ਕਾਲਜ ਉਸੇ ਤਰ੍ਹਾਂ ਲਿਖਿਆ ਹੋਇਆ ਹੈ ਕਾਲਜ ਦੇ ਹੋਸਟਲ ਲੱਗਿਓਂ ਗੋਲ ਬਾਗ ਵੱਲ ਲੰਘ ਕੇ ਫਿਰ ਸੰਦਾ ਰੋਡ ਵੱਲ ਟੁਰ ਪਿਆ। ਰਾਹ ਵਿੱਚ ਥਾਂ-ਥਾਂ ਤੇ ਸਨਸਨੀਖੇਜ਼ ਸੁਰਖੀ ਵਾਲਾ ਇਸ਼ਤਿਹਾਰ ਲੱਗਿਆ ਹੋਇਆ ਸੀ। ਕੀ ਆਪ ਚਾਹਤੇ ਹਨ ਕਿ ਹਿੰਦੁਸਤਾਨੀ ہماری ਬਹੂ ਬੇਟੀਆਂ ਨੂੰ ਉਠਾ ਕੇ ਲੈ ਜਾਏ? ਹੋ ਸਕਦਾ ਹੈ ਕਿਸੇ ਸਿਆਸੀ ਪਾਰਟੀ ਦੀ ਵੰਗਾਰ ਹੋਵੇ। ਜਾਂ ਭਾਵੇਂ ਅੰਮ੍ਰਿਤਸਰ ਵਾਂਗ ਇੱਥੋਂ ਦੇ ਕਿਸੇ ਹਕੀਮ ਨੇ ਵੀ ਐਨਕ ਤੋੜ ਕਿਸਮ ਦਾ ਸੁਰਮਾ ਤਿਆਰ ਕੀਤਾ ਹੋਵੇ। ਠੀਕ ਗੱਲ ਹੈ ਜੇ ਵਿਨਾਈ ਚੰਗੀ ਹੋਵੇਗੀ ਤਾਂ ਬਹੁ ਬੇਟੀਆਂ ਦੀ ਰਖਵਾਲੀ ਵੀ ਚੰਗੀ ਹੋ ਸਕੇਗੀ ਤੇ ਉਹ ਹਿੰਦੁਸਤਾਨੀਆਂ ਹੱਥੋਂ ਉਧਾਲੇ ਜਾਣ ਦੇ ਖਤਰੇ ਤੋਂ ਬਚ ਜਾਣਗੀਆਂ ਵਰਤਮਾਨ ਯੁੱਗ ਦੇ ਸੱਭਿਆਚਾਰ ਵਿੱਚ ਹਰ ਚੀਜ਼ ਇਸ਼ਤਿਹਾਰੀ ਹੁੰਦੀ ਜਾ ਰਹੀ ਹੈ ਬਰਹਾਲ ਇਸ਼ਤਿਹਾਰ ਪੜਨ ਦੀ ਮੈਨੂੰ ਕੋਈ ਉਤਸੁਕਤਾ ਨਹੀਂ ਹੋਈ ਅੱਗੇ ਇੱਕ ਪਾਗਲ ਆਦਮੀ ਆਉਂਦਾ ਦਿਸਿਆ ਜਿਹੜਾ ਲੀਡਰ ਹੀ ਅੰਦਾਜ਼ ਨਾਲ ਸਿਰ ਹਿਲਾ ਹਿਲਾ ਕੇ ਸ਼ਰਾ ਤੇ ਹਦੀਸ ਦੇ ਨੁਕਤੇ ਬਿਆਨ ਕਰ ਰਿਹਾ ਸੀ ਯੂਨੀਵਰਸਿਟੀ ਗਰਾਊਂਡ ਵਾਲੇ ਮੋੜ ਤੇ ਚਾਹ ਪੀਣ ਦੀ ਇੱਕ ਨਿੱਕੀ ਜਿਹੀ ਦੁਕਾਨ ਦੀ ਸੀ ਮਲੇਸ਼ੀਆ ਦੀ ਸਲਵਾਰ ਕਮੀਜ਼ ਪਾਈ ਮਸ ਫੁੱਟ ਮੁੰਡਾ ਮੇਜ਼ ਕੁਰਸੀਆਂ ਪੂੰਝ ਰਿਹਾ ਸੀ ਮੈਂ ਕੋਲ ਜਾ ਕੇ ਕਿਹਾ ਕਿਉਂ ਭਾਈ ਚਾਹ ਦੀ ਪਿਆਲੀ ਮਿਲੇਗੀ ਜਵਾਬ ਵਿੱਚ ਉਹ ਹੱਸਣ ਲੱਗ ਪਿਆ ਜਿਵੇਂ ਮੈਂ ਉਹਨੂੰ ਕੁਤਕੁਤਾਰੀ ਘੜ ਦਿੱਤੀ ਹੋਵੇ ਇਸ ਵਿੱਚ ਹੱਸਣ ਦੀ ਕੀ ਗੱਲ ਹੈ ਮੈਂ ਹੈਰਾਨ ਹੋ ਕੇ ਪੁੱਛਿਆ ਉਸ ਲਈ ਹਾਸਾ ਰੋਕਣਾ ਹੀ ਮੁਸ਼ਕਲ ਹੋ ਗਿਆ ਬਾਦਸਤੂਰ ਕੁਰਸੀਆਂ ਸਾਫ ਕਰਦਾ ਕਰਦਾ ਅਖੀਰ ਬੋਲਿਆ ਹਾਲੇ ਦੁੱਧ ਨਹੀਂ ਆਇਆ ਉਹਦਾ ਗੋਰਾ ਰੂਹ ਚਿਹਰਾ ਲਾਲ ਸੁਰਖ ਹੁੰਦਾ ਜਾ ਰਿਹਾ ਸੀ ਉਹਦੀ ਮੂਰਖਤਾ ਤੇ ਹੈਰਾਨ ਹੁੰਦਾ ਮੈਂ ਅੱਗੇ ਟੁਰ ਪਿਆ ਕੰਬਖਤ ਖਸਿਆ ਕਿਸ ਗੱਲ ਤੇ ਸੀ ਬਹੁਤ ਸੋਚਣ ਬਾਅਦ ਇੱਕੋ ਕਾਰਨ ਸਮਝ ਵਿੱਚ ਆਇਆ ਉਹ ਜ਼ਰੂਰ ਮੇਰੀ 25 ਸਾਲਾਂ ਤੋਂ ਪਰਦੇਸਾਂ ਵਿੱਚ ਭਟਕਦੀ ਜੰਗ ਲੱਗੀ ਪੰਜਾਬੀ ਬੋਲਚਾਲ ਤੇ ਹਸਿਆ ਹੋਣਾ ਮੈਂ ਗਾਂਕਾਂ ਵਾਂਗ ਨਹੀਂ ਸ਼ਾਇਦ ਫਕੀਰਾਂ ਵਾਂਗ ਚਾਹ ਮੰਗੀ ਸੀ ਸੜਕ ਦੇ ਦੂਜੇ ਬੰਨੇ ਇੱਕ ਚਾਹ ਵਾਲਾ ਪੁੰਜੇ ਦੁਕਾਨ ਲਾ ਕੇ ਬੈਠਾ ਹੋਇਆ ਸੀ ਉਹਦੇ ਆਲੇ ਦੁਆਲੇ ਗਰੀਬੜੇ ਗਾਂਕਾਂ ਦੀ ਕਚਹਿਰੀ ਲੱਗੀ ਹੋਈ ਸੀ ਮੈਨੂੰ ਇੱਥੇ ਕਿਸ ਨੇ ਪਛਾਣਨਾ ਸੀ ਮੈਂ ਹਿੰਮਤ ਕਰਕੇ ਕੋਲ ਜਾ ਖਲੋਤਾ ਤੇ ਐਤਕੀ ਜਰਾ ਰੋਬ ਤੇ ਮੁਹਾਵਰੇ ਨਾਲ ਫਰਮਾਇਸ਼ ਕੀਤੀ ਪਲਵਾਨ ਜੀ ਜਾਦਾ ਪਿਆਲਾ ਸਾਨੂੰ ਵੀ ਬਣਾ ਕੇ ਦੇਣਾ ਜ਼ਰਾ ਪਰ ਨਿਸ਼ਾਨਾ ਫਿਰ ਖਤਾ ਹੋ ਗਿਆ ਉਹ ਯਵਾਲੇ ਪਾਸੇ ਦਾ ਬੰਦਾ ਨਿਕਲ ਆਇਆ ਹਜ਼ੂਰ ਨਮਕੀਨ ਹੈ ਉਹ ਬੜੀ ਨਿਮਰਤਾ ਨਾਲ ਬੋਲਿਆ ਕੋਈ ਬਾਤ ਨਹੀਂ ਨਮਕੀਨ ਹੀ ਪੀ ਲੈਂਗੇ ਹਿੰਦੀ ਬੋਲਦਿਆਂ ਮੈਂ ਆਰ ਜੀ ਜਿਆ ਸੁਖਾਲ ਮਹਿਸੂਸ ਕੀਤਾ ਚਾਹ ਇੱਕਦਮ ਬੇਸਵਾਦੀ ਸੀ ਤੇ ਪਿਆਲੇ ਗੰਦੇ ਪਰ ਅਨੋਖੇ ਅਨੁਭਵ ਦਾ ਕੁਝ ਨਾ ਕੁਝ ਲੁਤਫ ਵੀ ਜ਼ਰੂਰ ਹੁੰਦਾ ਹੈ ਗਾਹਕਾਂ ਦੀ ਜੁੰਡਲੀ ਵਿੱਚੋਂ ਇੱਕ ਆਦਮੀ ਨੇ ਜੋ ਬਿਹਾਰ ਵਾਲੇ ਪਾਸੇ ਦਾ ਜਾਪਦਾ ਸੀ ਮੇਰੇ ਆਗਮਨ ਕਾਰਨ ਦੁਖੀ ਗੱਲਬਾਤ ਦਾ سلسلہ ਫਿਰ ਚਾਲੂ ਕੀਤਾ ਅਜੀ ਸਾਹਿਬ ਜੋ ਮਰਦ ਇਕੱਲੇ ਕਮ ਸੇ ਕਮ ਇੱਕ ਔਰਤ ਪਰ ਹਾਵੀ ਨਾ ਹੋ ਸਕੇ ਭਲਾ ਉਹ ਮਰਦ ਕਾਹੇਗਾ ਹਮਾਰੇ ਇਲਾਕੇ ਮੇ ਇੱਕ ਖਾਨਜ਼ਾਦੇ ਥੇ 60 ਸਾਲ ਕੀ ਉਮਰ ਮੇ 12 ਸਾਲ ਕੀ ਲੜਕੀ ਸੇ ਨਿਕਾਹ ਪੜਵਾ ਲਿਆ ਖੁਦਾ ਝੂਠ ਨਾ ਬੁਲਵਾਏ पहली बीवियों से लड़के लड़कियों और धोतों पोतों की तादाद सैकड़ों तक पहुंचती थी फिर भी चट्टान की तरह अपनी जगह कायम थे छोकरी को दो तीन बरस खूब खिलाया पिलाया जवान किया फिर क्या हर साल बच्चा जनती थी एक हकीम साहब उनको रोज़ाना चावल के दाने के बराबर गोली खाने को दिया करते थे ਪਰ ਸ਼ਰਤ ਇਹ ਥੀ ਕਿ ਸਾਥ ਮੇ ਖੁਰਾਕ ਹੋ ਭਈ ਕਿਆ ਕਿਆ ਖਾਤੇ ਥੇ ਉਹ ਔਰ ਕਿਆ ਨਹੀਂ ਖਾਤੇ ਥੇ ਉਹ ਅਜੀ ਅਗਰ ਖੁਰਾਕ ਤਗੜੀ ਨਾ ਹੋ ਸਭੀ ਅੰਗੋਂ ਮੇ ਜ਼ਹਿਰ ਫੈਲ ਜਾਏ ਦਵਾਈ ਕਾ ਇਤਨੀ ਤੇਜ਼ ਥੀ ਕਮ ਵਕਤ 50 ਬਰਸ ਸੇ ਕਮ ਉਮਰ ਕਾ ਆਦਮੀ ਤੋ ਉਸੇ ਖਾ ਹੀ ਨਹੀਂ ਸਕਤਾ ਵਹੀਂ ਖਤਮ ਹੋ ਜਾਏ ਇਸ ਆਦਮੀ ਦੇ ਅੰਦਾਜ਼ ਵਿੱਚ ਬੜੀ ਜਾਣੀ ਜਾਣਤਾ ਸੀ ਇੰਜ ਜਾਪਦਾ ਸੀ ਜਿਵੇਂ ਕਾਫੀ ਸਿਰ ਤੋਂ ਸਰੋਤਿਆਂ ਦੀ ਕਾਮਵਾਸਨਾ ਨੂੰ ਉਭਾਰ ਰਿਹਾ ਹੈ ਪਰ ਉਹਦੀਆਂ ਗੱਲਾਂ ਦਾ ਪ੍ਰतिकर्म ਜੁੰਡਲੀ ਤੋਂ ਰਤਾ ਕੋਲ ਲੱਗ ਹੋ ਕੇ ਬੈਠੇ ਹੁੱਕਾ ਪੀਂਦੇ ਕਾਮੇ ਜਹੇ ਤੇ ਕੁਝ ਹੋਰ ਤਰ੍ਹਾਂ ਦਾ ਹੋਇਆ ਉਹ ਅਧ ਵਿਚਾਲੇ ਰੋਸ ਭਰੇ ਅੰਦਾਜ਼ ਵਿੱਚ ਆਪਣੀ ਦਾਤਰੀ ਤੇ ਪੱਠੀਆਂ ਦੀ ਗੰਢ ਚੁੱਕ ਕੇ ਉੱਠ ਖਲੋਤਾ ਤੇ ਇਹ ਕਹਿ ਕੇ ਟੁਰਦਾ ਬਣਿਆ ਆਹੋ ਮੀਆਂ ਸਭ ਦੌਲਤਾਂ ਦੀਆਂ ਵਰਗਤਾ ਨੇ ਜੁੰਡਲੀ ਉੱਪਰ ਉਸ ਦੀ ਗੱਲ ਦਾ ਕਾਫੀ ਅਸਰ ਪਿਆ ਤੇ ਖਾਮੋਸ਼ੀ ਛਾ ਗਈ ਫਿਰ ਲੰਮੇ ਝਾਟੇ ਤੇ ਦਾੜੀ ਵਾਲੇ ਮਲੰਗ ਨੇ ਉੱਚੀ ਉੱਚੀ ਉਰਦੂ ਸ਼ੇਰ ਪੜਨੇ ਸ਼ੁਰੂ ਕਰ ਦਿੱਤੇ ਮੈਂ ਯੂਨੀਵਰਸਿਟੀ ਗਰਾਊਂਡ ਦੇ ਨਾਲ-ਨਾਲ ਟੁਰਦਾ ਦਰਖਤਾਂ ਦੀ ਜਾਣੀ ਪਛਾਣੀ ਛਾਂ ਦਾ ਸੁੱਖ ਮਾਣਦਾ ਚਬੁਰਜੀਆ ਪੜ ਗਿਆ ਅੱਗੇ ਉਹ ਜੱਟਾਂ ਦੀ ਝੂਮ ਦੀ ਟੋਲੀ ਆ ਰਹੀ ਸੀ ਉਹਨਾਂ ਨਾਲ ਘੜੀ ਗੱਲਬਾਤ ਕਰਨ ਦਾ ਲਾਲਚ ਮੈਂ ਵਰਜ ਨਾ ਸਕਿਆ ਪਿੰਡ 나ਥਨ ਬਵਿਆਂ ਵਾਲੇ ਦੇ ਵਸਨੀਕ ਸਨ ਉਹ ਸ਼ਹਿਰ ਵੱਲੋਂ ਖਰੀਦੋ ਫਰੋਕਤ ਕਰਨ ਜਾ ਰਹੇ ਸਨ ਮੈਂ ਉਹਨਾਂ ਨੂੰ ਰੋਕ ਕੇ ਆਪਣਾ ਪਰਿਚੈ ਦਿੱਤਾ ਤੇ ਫੋਟੋ ਖਿੱਚਣ ਦੀ ਇਜਾਜ਼ਤ ਮੰਗੀ ਉਹਨਾਂ ਨੂੰ ਉਚੰਭਾ ਮੇਰੇ ਭਾਰਤੀ ਜਾਂ Hindu ਹੋਣ ਉੱਪਰ ਇਤਨਾ ਨਹੀਂ ਸੀ ਜਿੰਨਾ ਇਸ ਗੱਲ ਤੇ ਕਿ ਕੋਈ ਪਤਲੂਣ ਵਾਲਾ ਬਾਊ ਪਿੰਡੂਆਂ ਨਾਲ ਦੋਸਤੀ ਲਾਉਣ ਦੀ ਤਕਲੀਫ ਕਰ ਰਿਹਾ ਹੈ ਬੰਬਈ ਸ਼ਹਿਰ ਅਤੇ ਹਿੰਦੀ ਫਿਲਮਾਂ ਬਾਰੇ ਉਹਨਾਂ ਮੇਰੇ ਕੋਲੋਂ ਇੱਕੋ ਸਾਹ ਕਿਤਨੇ ਹੀ ਸਵਾਲ ਪੁੱਛ ਛੱਡੇ ਤੇ ਫਿਰ ਫੋਟੋ ਖਿਚਵਾਉਣਾ ਵੀ ਪ੍ਰਬੰਧ ਕਰ ਲਿਆ ਬੜੀ ਸਵਾਦ ਲਈ ਮਿਲਣੀ ਸੀ ਕਨੇਡ ਕਾਲਜ ਨੇੜੇ ਇੱਕ ਕੋਠੀ ਵਿੱਚ ਮੈਂ ਕਦੇ ਪੂਰਾ ਸਾਲ ਤੰਬੂ ਲਾ ਕੇ ਰਿਹਾ ਸਾਂ ਨਿਊ ਹੌਸਟਲ ਵਿੱਚੋਂ ਧੱਕਿਆ ਜਾਣ ਕਰਕੇ ਧੱਕੇ ਜਾਣ ਦੇ ਕਾਰਨਾਂ ਵਿੱਚੋਂ ਇੱਕ ਇਹ ਸੀ ਡਾਰਮਿਟਰੀਆਂ ਵਿੱਚ ਟੈਨਿਸ ਖੇਡਣਾ ਤੇ ਸ਼ੀਸ਼ੇ ਭੰਨਣਾ ਕੋਠੀ ਮੇਰੇ ਇੱਕ ਪਿਆਰੇ ਜਮਾਤੀ ਦੀ ਸੀ ਉਸਦੇ ਪਿਤਾ ਬੜੇ ਉਦਾਰ ਤੇ ਬਾ ਰਸੂਖ ਆਦਮੀ ਸਨ ਕੋਠੀ ਦੀ ਬੜੀ ਜ਼ਮੀਨ ਸੀ ਉਸ ਦੀ ਇੱਕ ਨੁਕਰੇ ਤੰਬੂ ਲਾਣ ਦੀ ਇਜਾਜ਼ਤ ਆਸਾਨੀ ਨਾਲ ਮਿਲ ਗਈ ਪਰ ਇਹ ਸੌਦਾ ਮੇਰੇ ਮਿੱਤਰ ਦੇ ਪਿਤਾ ਨੂੰ ਮਹਿੰਗਾ ਪਿਆ ਜਦੋਂ ਵੀ ਉਹ ਘਰ ਵਿੱਚ ਕੋਈ ਵੱਡੀ ਪਾਰਟੀ ਕਰਦੇ ਤੰਬੂ ਵਿੱਚ ਕਾਲਜ ਦੇ ਮੁੰਡਿਆਂ ਦੀ ਪਾਰਟੀ ਮੁਫਤੋ ਮੁਫਤ ਹੋ ਜਾਂਦੀ ਕੋਠੀ ਦੇ ਫਾਟ ਕੋਲ ਖਲੋ ਮੈਂ ਖਾਲੀ ਪਈ ਥਾਂ ਵੇਖ-ਵੇਖ ਕੇ ਉਹਨਾਂ ਰੰਗੀਲੇ ਦਿਨਾਂ ਨੂੰ ਯਾਦ ਕਰਨ ਲੱਗ ਪਿਆ ਕਦੇ-ਕਦੇ ਛੁੱਟੀ ਵਾਲੇ ਦਿਨ ਕੋਠੀ ਦੇ ਆਹਾਤ ਦੇ ਵਿੱਚ ਕ੍ਰਿਕਟ ਵੀ ਲੱਗਦੀ ਸੀ। ਬੈਟਸਮੈਨ ਜਿਹੜਾ ਟੁੱਲਾ ਗੇਂਦ ਨੂੰ ਉਛਾਲ ਕੇ ਮੇਰੇ ਤੰਬੂ ਉੱਤੇ ਲਿਆ ਸੁੱਟੇ, ਛੱਕਾ ਗਿਣਿਆ ਜਾਂਦਾ ਸੀ। ਤੇ ਹਰ ਛੱਕੇ ਪਿੱਛੋਂ ਘੱਟੇ ਦੀ ਮੋਟੀ ਤੈ ਤੰਬੂ ਦੇ ਅੰਦਰ ਪਏ ਸਮਾਨ ਉੱਪਰ ਜੰਮ ਜਾਂਦੀ ਸੀ। ਪਰ ਨਰਾਜ਼ ਹੋਣ ਦੀ ਥਾਂ ਮੈਂ ਇਹਨੂੰ ਖੇਡ ਦਾ ਕਰਾਮਾਤੀ ਹੰਗ ਸਮਝਦਾ ਸਾਂ। ਕੋਠੀ ਦੇ ਦੋਵੇਂ ਫਾਟਕ ਦਿਨੇ ਰਾਤੀ ਖੁੱਲੇ ਰਹਿੰਦੇ ਸਨ ਤੇ ਮੇਰਾ ਤੰਬੂ ਇੱਕ ਦੇ ਬਿਲਕੁਲ ਨੇੜੇ ਸੀ ਇਸੇ ਕਾਰਨ ਮਨ ਦੀ ਕਿਸੇ ਹੇਠਲੀ ਤਹਿ ਵਿੱਚ ਚੋਰ ਚਕਾਰ ਦਾ ਖਤਰਾ ਬਣਿਆ ਰਹਿੰਦਾ ਸੀ ਇੱਕ ਰਾਤ ਟੋਮਸ ਹਾਡੀ ਦਾ ਦੁਖਾਂਤ ਨਾਵਲ ਟੈਸ ਪੜਦਾ ਪੜਦਾ ਢੇਰ ਨਾਲ ਸੁੱਤਾ ਨੀਂਦਰ ਵੀ ਚੰਦਰੀ ਜਿਹੀ ਆਈ ਘੜੀ-ਮੁੜੀ ਮਾੜਾ ਸੁਪਨਾ ਆਉਂਦਾ ਤੇ ਅੱਖ ਖੁੱਲ ਜਾਂਦੀ ਇੱਕ ਵਾਰੀ ਜਾਗੋ ਮਿੱਟੀ ਦੀ ਹਾਲਤ ਵਿੱਚ ਇੰਜ ਦਿਸਿਆ ਜਿਵੇਂ ਤੰਬੂ ਵਿੱਚ ਚੋਰ ਵੜ ਆਇਆ ਹੈ ਤੇ ਇੱਧਰ-ਉੱਧਰ ਟੁਰਦਾ ਕੋਈ ਚੀਜ਼ ਢੂੰਡ ਰਿਹਾ ਹੈ ਪਹਿਲਾਂ ਤਾਂ ਮੈਂ ਡਰ ਨਾਲ ਸਹਮ ਗਿਆ ਫਿਰ ਅੱਬੜ ਵਾਹੇ ਅੰਗਰੇਜ਼ਾਂ ਵਾਲੀ ਆਵਾਜ਼ ਬਣਾ ਕੇ ਚੀਕਣਾ ਸ਼ੁਰੂ ਕਰ ਦਿੱਤਾ ਕੌਣ ਹੈ ਯੂ ਬਲੱਡੀ ਡੈਮ ਫੂਲ ਕਾਲਾ ਆਦਮੀ ਚਲਾ ਜਾਓ ਇਕਦਮ ਨਹੀਂ ਤਾਂ ਹਮ ਗੋਲੀ ਮਾਰ ਦੇਗਾ ਇਸ ਧੌਂਸ ਦਾ ਕੋਈ ਅਸਰ ਨਾ ਹੋਇਆ ਚੋਰ ਉਸੇ ਤਰ੍ਹਾਂ ਨਿਧੜਕ ਟੁਰ ਫਿਰ ਰਿਹਾ ਸੀ ਹੁਣ ਮੈਥੋਂ ਵੱਡੀ ਗਲਤੀ ਹੋ ਗਈ ਮੈਂ ਮੱਛਰਦਾਨੀ ਦੇ ਅੰਦਰ ਵਾਰ ਲੱਗੇ ਬਿਜਲੀ ਦੇ ਲੈਂਪ ਦਾ ਬਟਨ ਦਬਾ ਦਿੱਤਾ ਜਿਸ ਕਾਰਨ ਬਾਹਰ ਦਾ ਕੁਝ ਦਿਸਣ ਦੀ ਥਾਂ ਕੇਵਲ ਮੱਛਰਦਾਨੀ ਦੇ ਅੰਦਰ ਵਾਰ ਜਗਮਗ ਹੋ ਗਈ ਹੁਣ ਤਾਂ ਮੈਨੂੰ ਆਪਣੀ ਜਾਨ ਬਚਾਉਣ ਦੀ ਪੈ ਗਈ ਛੱਟ ਬੱਤੀ ਬੁਝਾ ਕੇ ਤੰਬੂ ਦੀ ਕੰਧ ਵਾਲੇ ਪਾਸਿਓਂ ਖਿਸਕ ਕੇ ਮੰਜੇ ਹੇਠਾਂ ਲੁਕਣ ਦੀ ਕੀਤੀ ਨੰਗ ਤਰੰਗ ਸਾਂ ਫਰਸ਼ ਤੇ ਪਿਆ ਆਖਰਾਂ ਦੀ ਸਰਦੀ ਵਿੱਚ ਖੋਰੇ ਕਿਤਨੀ ਦੇਰ ਠਰਦਾ ਰਹਾ ਪਰ ਦੁਸ਼ਮਣ ਦਾ ਹਮਲਾ ਕੋਈ ਨਾ ਹੋਇਆ ਤੇ ਹੌਲੀ-ਹੌਲੀ ਮੇਰੀ ਹੋਸ਼ ਵੀ ਟਿਕਾਣੇ ਆ ਗਈ। ਮਲੂਮ ਹੋਇਆ ਕਿ ਬਾਹਰ ਸੜਕ ਉੱਤੇ ਲੱਗੇ ਬਿਜਲੀ ਦੇ ਖੰਬੇ ਦੀ ਰੋਸ਼ਨੀ ਤੰਬੂ ਦੇ ਦਰਵਾਜ਼ਿਆਂ ਉੱਪਰ ਲੜਕਦੀਆਂ ਤੇ ਹਵਾਵਾਂ ਨਾਲ ਹਿਲਦੀਆਂ ਚਿੱਕਾਂ ਵਿੱਚੋਂ ਛਣ ਕੇ ਦੋ ਲੱਤਾਂ ਦੇ ਟੁਰਨ ਦਾ ਵਹਿਮ ਪੈਦਾ ਕਰ ਰਹੀ ਸੀ। ਇਤਨੀ ਦੇਰ ਵਿੱਚ ਹਾਲ ਪਹਾਰਿਆ ਸੁਣ ਕੇ ਘਰ ਦੇ ਬੰਦੇ ਨੱਠ ਕੇ ਆ ਗਏ ਤੇ ਮੈਨੂੰ ਬੜਾ ਹੀ ਸ਼ਰਮਸਾਰ ਹੋਣਾ ਪਿਆ ਅੱਜ ਉਸ ਘਟਨਾ ਨੂੰ ਯਾਦ ਕਰਕੇ ਫਿਰ ਸ਼ਰਮਸਾਰ ਹੋ ਰਿਹਾ ਹਾਂ ਆਪਣੇ ਕਿਸੇ ਹਮਵਤਨ ਨੂੰ ਡਰਾਉਣ ਲਈ ਭਾਵੇਂ ਉਹ ਚੋਰ ਵੀ ਹੋਵੇ ਫਰੰਗੀਆਂ ਵਾਂਗ ਭੌਂਕਣਾ ਕਿਤਨੀ ਘਿਣਾਉਣੀ ਮਨੋਵਿਰਤੀ ਦਾ ਸੂਚਕ ਸੀ ਚੌਂਕ ਤੇ ਪੁੱਜ ਕੇ ਸਮਝ ਨਾ ਆਇਆ ਕਿ ਅੱਗੇ ਕੀ ਕਰਾਂ ਵਕਤ ਟਪਾਉਣ ਲਈ ਵਿਦੇਸ਼ੀ ਸਲਾਨੀਆਂ ਵਾਂਗ ਜਬਰਜੀ ਨੂੰ ਅੰਦਰੋਂ ਬਾਹਰ ਦੇਖਣ ਲੱਗਾ ਹਾਲਾਂਕਿ ਵੇਖਣ ਵਾਲੀ ਕੋਈ ਖਾਸ ਚੀਜ਼ ਨਹੀਂ ਸੀ ਉੱਥੇ ਫਿਰ ਇੱਕ ਟਾਂਗੇ ਵਾਲੇ ਨੂੰ ਮੁਜ਼ੰਗ ਮੁਜ਼ੰਗ ਪੁਕਾਰਦਿਆਂ ਸੁਣ ਕੇ ਉਹਦੇ ਟਾਂਗੇ ਤੇ ਜਾ ਚੜਿਆ ਧੁੱਪਾਂ ਜ਼ੋਰ ਦੀਆਂ ਚੜ ਆਈਆਂ ਸਨ ਆਵਾਜ਼ਾਂ ਹੀ ਚੋਖੀ ਵੱਧ ਗਈ ਸੀ ਇੱਕ ਬੱਸ ਸਟਾਪ ਉੱਤੇ ਕਾਲੇ ਬੁਰਕੇ ਪਾਈ ਖਲੋਤੀਆਂ ਕਾਲਜੀਅਟ ਕੁੜੀਆਂ ਦਾ ਪੰਛੀਆਂ ਵਰਗਾ ਵੱਡਾ ਸਾਰਾ ਝੁਰਮਟ ਸੀ ਅਜਿਹੇ ਝੁਰਮੜ ਕੱਲ ਵੀ ਵੇਖੇ ਸਨ ਮੈਂ ਮੰਨਿਆ ਬੁਰਕਾ ਕੋਸ਼ੀ ਪਿਛਾਂ ਖਿੱਚੂ ਚੀਜ਼ ਹੀ ਸਹੀ ਪਰ ਕੁੜੀਆਂ ਲਈ ਤਾਲੀਮ ਤਾਂ ਉਤਨੀ ਹੀ ਆਮ ਹੋ ਗਈ ਜャਪਦੀ ਹੈ ਜਿੰਨੀ ਕਿਸੇ ਹੋਰ ਦੇਸ਼ ਵਿੱਚ ਨਾਲੇ ਇਹ ਬੁਰਕਾ ਪੁਰਾਣੇ ਜ਼ਮਾਨੇ ਦੇ ਤੰਬੂ ਨਮਾ ਬੁਰਕਿਆਂ ਵਰਗਾ ਨਹੀਂ ਇਹ ਹੁਸਨ ਨੂੰ ਲੁਕਾਉਂਦਾ ਹੈ ਜਾਂ ਹੋਰ ਵੀ ਨਿਖਾਰਦਾ ਹੈ ਵਿਚਾਰਨ ਵਾਲੀ ਗੱਲ ਹੈ ਬੱਸਾਂ ਮੋਟਰਾਂ ਟੈਕਸੀਆਂ ਮੁਲਤਾਨ ਰੋਡ ਉਤੇ ਦੂਰ ਦੂਰ ਜਾਂਦੀਆਂ ਦਿਸ ਰਹੀਆਂ ਸਨ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਸ ਪਾਸੇ ਸ਼ਹਿਰ ਦੀ ਆਬਾਦੀ ਬਹੁਤ ਵੱਧ ਗਈ ਹੈ ਤਾਂਗੇ ਵਾਲਾ ਕਿਹੜੀ ਕਿਹੜੀ ਸੜਕ ਤੋਂ ਲੰਘ ਕੇ ਮੁਜ਼ੰਗ ਜਾਏਗਾ ਇਹ ਨਕਸ਼ਾ ਯਾਦ ਵਿੱਚ ਨਹੀਂ ਸੀ ਆ ਰਿਹਾ ਪਰ ਮੈਨੂੰ ਯਾਦ ਆ ਪਿਆ ਕਿ ਇਧਰੋਂ ਇੱਕ ਸੜਕ ਵਾਰ-ਵਾਰ ਲਾਰੈਂਸ ਰੋਡ ਵੱਲ ਨੂੰ ਵੀ ਜਾਂਦੀ ਸੀ ਮਨੁੱਖ ਦਾ ਜੀਵਨ ਦਰਅਸਲ ਜੀਵਨ ਨਹੀਂ ਉਹ ਪੜਾ ਪੜਾ ਤੇ ਸੰਪੂਰਨ ਕੀਤੇ ਅਨੇਕਾਂ ਜੀਵਨਾਂ ਦਾ ਸਮੂਹ ਹੈ ਉਹ ਤੇ ਮੈਂ ਆਪਣੇ ਅਜੇ ਹੀ ਜੀਵਨ ਦਾ ਇਸ ਲਾਰੈਂਸ ਗਾਰਡਨ ਵੱਲ ਜਾਂਦੀ ਸੜਕ ਤੇ ਭੋਗ ਪਾਇਆ ਸੀ ਇਹੋ ਜਿਹੀ ਹੀ ਕੋਈ ਸਵੇਰ ਸੀ ਮੈਂ ਤੇ ਮੇਰੀ ਪ੍ਰੀਤਮਾ ਆਪੋ ਆਪਣੇ ਘਰੋਂ ਸ਼ਹਿਰ ਦਾ ਬਹਾਨਾ ਕਰਕੇ ਨਿਕਲੇ ਹੋਏ ਭਟਕਦੇ ਭਟਕਦੇ ਉਸ ਸੜਕ ਤੇ ਆ ਗਏ ਸਾਂ ਹੱਥ ਵਿੱਚ ਹੱਥ ਨਹੀਂ ਸੰਭਾਏ ਉਸ ਦਿਨ ਮੂੰਹਾਂ ਦੇ ਸੋਕੇ ਤੇ ਕੁੜਿਤਨਾ ਕਾਰਨ ਗੱਲ ਕਰਨਾ ਵੀ ਔਖਾ ਮਹਿਸੂਸ ਹੁੰਦਾ ਸੀ ਮੈਂ ਉਸ ਅੱਗੇ ਤਜ਼ਵੀਜ਼ ਰੱਖੀ ਸੀ ਕਿ ਤਰੇ ਨੱਠ ਜਾਣ ਦੀ ਵਿਉਂਤ ਬਣਾਈਏ ਉਸ ਜਵਾਬ ਦਿੱਤਾ ਸੀ ਵਿਉਂਤਾਂ ਬਣਾਉਣ ਦੀ ਲੋੜ ਨਹੀਂ ਜੇ ਨੱਠਣਾ ਹੈ ਤਾਂ ਇਸੇ ਵੇਲੇ ਨੱਠ ਚੱਲੋ ਇੱਕ ਵਾਰੀ ਘਰ ਪਰਤ ਕੇ ਮੇਰੇ ਕੋਲੋਂ ਫਿਰ ਨਹੀਂ ਕਿਧਰੇ ਜਾਇਆ ਜਾਣਾ ਪਰ ਮੈਨੂੰ ਬਿਨਾਂ ਤਿਆਰੀ ਨੱਠਣਾ ਅਸੰਭਵ ਦਿਸਦਾ ਸੀ ਤੇ ਉਹ ਪੁੱਛਦੀ ਸੀ ਕੀ ਤਿਆਰੀ ਕਿਸ ਕਿਸਮ ਦੀ ਤਿਆਰੀ ਅੱਜ ਪੰਜੀ ਵਰਿਆਂ ਬਾਅਦ ਪਿੱਛੇ ਮੁੜ ਕੇ ਵੇਖਦਿਆਂ ਮੈਨੂੰ ਆਪਣੀ ਮੂਰਖਤਾ ਅਤੇ ਉਸ ਦੀ ਸਿਆਣਪ ਉੱਤੇ ਹੈਰਾਨ ਹੋਣਾ ਪੈ ਰਿਹਾ ਹੈ ਉਹ ਬਾਲੜੀ ਜਿਨੇ ਮੇਰੀ ਐਮਏ ਦੀ ਡਿਗਰੀ ਦੇ ਮੁਕਾਬਲੇ ਵਿੱਚ ਮਸਾ میٹرਿਕ ਪਾਸ ਕੀਤਾ ਸੀ ਖੌਰੇ ਕਿਵੇਂ ਜਾਣ ਗਈ ਸੀ ਕਿ ਜਿੱਥੇ ਜਾਨ ਦੀ ਬਾਜ਼ੀ ਲਾਉਣੀ ਹੋਵੇ ਉੱਥੇ ਵਿਉਂਤਾਂ ਬਣਾਉਣ ਤੇ ਆਸੇ ਢੂੰਡਣ ਦੀ ਜ਼ਰੂਰਤ ਨਹੀਂ ਹੁੰਦੀ ਸਾਡੇ ਪ੍ਰੇਮ ਦੇ ਸੁਪਨ ਮਹਿਲ ਤੋਂ ਬਾਹਰ ਜਮੇ ਪਾਸੇ ਹਨੇਰਾ ਹੀ ਹਨੇਰਾ ਸੀ ਜੀਵਨ ਦਾ ਨਾ ਮੈਨੂੰ ਕੋਈ ਤਜਰਬਾ ਸੀ ਨਾ ਉਹਨੂੰ ਫਿਰ ਵੀ ਹਨੇਰੇ ਵਿੱਚ ਛਾਲ ਮਾਰਨ ਦਾ ਉਹਨੂੰ ਡਰ ਨਹੀਂ ਸੀ ਤੇ ਮੈਂ ਝਿਜਕ ਰਿਹਾ ਸਾਂ ਸ਼ਾਇਦ ਉਹ ਜਾਣ ਗਈ ਸੀ ਕਿ ਵਿਉਂਤਾ ਬਣਾਉਣ ਦੀਆਂ ਗੱਲਾਂ ਕਰਕੇ ਦਰਅਸਲ ਮੈਂ ਆਪਣੀ ਘਾਇਰਤਾ ਲੁਕਾ ਰਿਹਾ ਸਾਂ ਬੜੀ ਭਿਆਨਕ ਹਾਲਤ ਸੀ ਸਾਡੀ ਤੇ ਉਸੇ ਅਨੁਕੂਲ ਉਹ ਸੜਕ ਵੀ ਬੜੀ ਭਿਆਨਕ ਸੀ ਜਿਵੇਂ ਸੈਨਤਾਂ ਨਾਲ ਹੋਣੀ ਦੇ ਝੋਲੇ ਵਿਖਾ ਰਹੀ ਹੋਵੇ ਹਰ ਪਾਸੇ ਕਬਰਿਸਤਾਨ ਖੰਡਗਾਹਾਂ ਦੇ ਖੰਡਰ ਨਹਿਜ ਦਰਖਤਾਂ ਉੱਪਰ ਬੈਠੀਆਂ ਗਿੱਦਾਂ ਦੀਆਂ ਕਤਾਰਾਂ ਸੂਲਾ ਵਾਂਗ ਤਿੱਖੀਆਂ ਤੇ ਮੋਏ ਪਸ਼ੂਆਂ ਦੇ ਜਬਾੜਿਆਂ ਵਾਂਗ ਲਿਸ਼ਕਦੀਆਂ ਕਿੱਕਰ ਦੀਆਂ ਕੰਡਿਆਲੀਆਂ ਵਾੜਾਂ ਮੈਂ ਵੇਖਿਆ ਟਾਂਗੇ ਵਾਲਾ ਉਸੇ ਸੜਕ ਉੱਤੇ ਪੈ ਗਿਆ ਹੈ ਮੈਂ ਤੋਖਲੇ ਨਾਲ ਉਹਨੂੰ ਰੋਕਿਆ ਨਹੀਂ ਭయ్యా ਇਸ ਸੜਕੋਂ ਨਹੀਂ ਕਿਸੇ ਹੋ ਪਾਸਿਓਂ ਚੱਲ ਜੀ ਉਹ ਅਗਾਹ ਅਸੀਂ ਖੱਬੇ ਨੂੰ ਹੋ ਜਾਣਾ ਇਸ ਸੜਕ ਨੂੰ ਕੀ ਕਰਦੇ ਆਂ ਅਸੀਂ ਉਸੇ ਤਰ੍ਹਾਂ ویرਾਨ ਪਈ ਸੀ ਉਹ ਸੜਕ ਜ਼ਰਾ ਵੀ ਨਹੀਂ ਸੀ ਬਦਲੀ ਹਾਂ ਪਰ ਕਬਰਿਸਤਾਨਾ ਵਿੱਚ ਮੇਰੇ ਜੀਵਨ ਦੀ ਕਬਰ ਦਾ ਵਾਅਦਾ ਜ਼ਰੂਰ ਸੀ